ਸਾਬਾਂ ਜਾਂ ਮਜੂ ਤੇ ਮੈਂ ਤੈਨੂੰ ਪਾਇਆ ਨਾਸ ਕੇ ਸੀਨੇ ਨਾਲ ਲਾ ਲਵਾਂ ਤੇ ਸਾਡੀ ਮਾਂ ਜਿਹਦੇ ਹਾਸੇ ਚੁੱਪ ਕਰ ਗਏ ਨੇ ਵੀਰਾਂ ਦੀ ਜੋੜੀ ਨੂੰ ਜੱਫੀ ਪਾਉਂਦੇ ਆ ਵੇਖ ਤੇ ਅਸਲਾਮੁਅਲੈਕੁਮ ਹਜ਼ਦੇ ਰੋ ਵਸਦੇ ਰੋ ਜੀਂਦੇ ਰੋ ਖੁਸ਼ ਰੋ ਮੈਂ ਤਰਕਸਾਨੀ ਤੇ ਤੁਸੀਂ ਵੇਖਿਓ ਮੇਰਾ YouTube ਚੈਨਲ ਰੈਬਰ ਇੰਟਰਟੇਨਮੈਂਟ ਪਲਸ ਅੱਜ ਪਟੀ ਬਰਾਦਰਾਂ ਦੀ ਬੜੀ ਹੀ ਜ਼ਬਰਦਸਤ ਫਿਲਮ ਲੈ ਕੇ ਆਜ਼ਰ ਹੋ ਰਿਹਾ ਉਸ ਫਿਲਮ ਦਾ ਨਾਂ ਹੈ ਸੱਜਣ ਪਿਆਰਾ 20 ਦਸੰਬਰ 1968 ਬਰੋਜ਼ ਇਤਵਾਰ ਵੱਡੀ ਦੇ ਦਿਨ ਵੱਡੀ ਫਿਲਮ ਜਿਹਦਾ ਨਾਮ ਸੱਜਣ ਪਿਆਰਾ ਔਰ ਆਪਣੇ ਦੌਰ ਦੀ ਸੁਪਰ ਡੁਪਰ ਹਿੱਟ ਫਿਲਮ ਸੀ ਔਰ ਇਸ ਫਿਲਮ ਦਾ ਕਾਰਫ ਕਰਉਣ ਤੋਂ ਪਹਿਲੇ ਮੈਂ ਚੰਗਲਾਂ ਤੁਹਾਡੇ ਨਾਲ ਕਰਾਂਗਾ ਕਿ ਇਹ ਫਿਲਮ ਜਿਹੜੀ ਹੈ ਇਹ 1968 ਦੀ 골ਡਨ ਜੁਬਲੀ ਫਿਲਮ ਸੀ ਔਰ 1968 ਦੀ ਜਿਹੜੀ ਪਹਿਲੇ 골ਡਨ ਜੁਬਲੀ ਫਿਲਮ ਸੀ ਉਹ ਸੀ ਜ਼ੁਲਮ ਦਾ ਬਦਲਾ ਪੱਟੀ ਬਰਾਦਰਾ ਦੀ ਇਹ ਦੂਸਰੀ ਫਿਲਮ ਸੀ ਜਿਸ ਨੇ 골ਡਨ ਜੁਬਲੀ ਦਾ ਇਜ਼ਾਜ਼ ਹਾਸਲ ਕੀਤਾ اور اس فلم دے اندر منو ظریف دا جڑا پراوے منی ظریف اس پٹی برادران نے انٹروڈیوس کروایا سی اور جڑے کیفی سی وہ اس فلم تو پہلے بطور ڈائریکٹر انہیں فلمیں بنائیاں اور اس فلم دے اندر پہلی دفعہ انہیں اداکار دے طور تے کام کیتا اور بڑی ہی زبردست اور بڑی ہی سپر دوپر ایڈ فلم سی اس دور دی ਔਰ ਇਸ ਫਿਲਮ ਦੀ ਜਿਹੜੀ ਇੱਕ ਹੋਰ ਖਾਸ ਗੱਲ ਹੈ ਇਸ ਫਿਲਮ ਦੀ ਜਿਹੜੀ ਇੱਕ ਹੋਰ ਖਾਸ ਗੱਲ ਹੈ ਉਹ ਇਹ ਸੀ ਕਿ ਇਸ ਫਿਲਮ ਦੀ ਨਾ ਸਿਰ ਗਾਣੀ ਸ਼ਾਨਦਾਰ ਸੀ ਬਲਕਿ ਇਸ ਦੇ ਜਿਹੜੇ ਗਾਣੇ ਸਨ ਜਿਤਨੇ ਵੀ ਗਾਣੇ ਸਨ ਸਭ ਆਪਣੇ ਆ ਸੁਪਰ ਡੁਪਰ ਹਿਟ ਸਨ ਲੇਕਿਨ ਜਿਹੜੇ ਤਿੰਨ ਗਾਣੇ ਹੋਰ ਬਹੁਤ ਹੀ ਵਜੇ ਔਰ ਬਹੁਤ ਹੀ ਮਸ਼ਹੂਰ ਹੋਏ ਉਹ ਸੀ ਕਿ ਗੈਰਾਂ ਦੇ ਸੰਗ ਟੁਰ ਚਲੇ ਆਏ ਆਪਣੇ ਆ ਦਾ ਦਿਲ ਤੋੜ ਕੇ ਗੈਰਾਂ ਦੇ ਸੰਗ ਟੁਰ ਚਲੇ ਆਏ جی وہ سجن پیار یا جی ہوئے سجن پیارا ملے کوئی دکھ سکھ پیارا ملے کوئی دکھ اے اس فلم دے بڑے ہی زبردست اور بڑے ہی شاندار گانے سن اس فلم دے اداکار کیفی نیتسن پٹی رانی سلونی اسد بخاری ساون ناصرہ رخسانا مظر شاہ منیز ریف، منو ریف، رضیہ، زلفی اس فلم کے ہدایت کار کیفی فلم ساز ندیم عباس ادی کہانی لکھی ہے عظیم قادری نے یہ میوزک دیتا ہے بابا جی یہ چشتی نے جی جی رہا تو آپ بھی تیرے سر پہ دیا گا مٹیا ہے مر گیا تو میرے نام نہیں دفن کر دی آپ پہ تو آخیا میرے بعد بھی تو سروں ننگی رہ جائے اس فلم دے اندر انسن پٹی نے منع کچوان دا کردار ادا کیتا ہے جیڑا کہ ٹانگا چلتا ہے اور اس علاوہ کیفی نے ارشد کا کردار ادا کیتا کیا جا کہ پڑھیا لکھا شخص ہوں اور شہر پڑھ کے پنڈی جانا ہے اسد بخاری نے اس فلم دا شکرے دا کردار ادا کیتا ہے اور مظہر شاہ نے جیڑا مجو کا کردار ادا کیتا ہے سابا نے اس فلم دے اندر بدرو کا کردار ادا کیا جس جی کا تکیا کلام مشہور ہے اس نے میرے ڈیرے دی سردائی نہیں پیتی ਇਸ ਫਿਲਮ ਦੇ ਅੰਦਰ ਜਿਹੜਾ ਮਜ਼ਰਸ਼ਾ ਹੁੰਦਾ ਅਸਦ ਬੁਖਾਰੀ ਹੁੰਦਾ ਹੈ ਉਹਨਾਂ ਦੀ ਇੱਕ ਭੈਣ ਹੁੰਦੀ ਹੈ ਰੁਕਸਾਨਾ ਰੁਕਸਾਨਾ ਦਾ ਨਾਮ ਛੰਮੂ ਹੁੰਦਾ ਹੈ ਔਰ ਇਹ ਤਿੰਨ ਆਪਸੀ ਭੈਣ ਭਰਾ ਹੁੰਦੇ ਨੇ ਇਹਨਾਂ ਦੀ ਇਹਨਾਂ ਦੀ والدہ ਨਾਸਰਾ ਹੁੰਦੀ ਹੈ ਔਰ ਜਿਹੜਾ ਅਰਸ਼ਦ ਹੁੰਦਾ ਹੈ ਕੈਫੀ ਉਹ ਇਹਨਾਂ ਦਾ ਮਤਰਿਆ ਭਰਾ ਹੁੰਦਾ ਹੈ ਜਿਹੜਾ ਕਿ ਸ਼ਹਿਰ ਤੋਂ ਪੜ੍ਹ ਲਿਖ ਕੇ ਪਿੰਡੀ ਜਾਂਦਾ ਔਰ ਇੱਕ ਬੜਾ ਬੁਸਦਿਲ ਕਿਸਮ ਦਾ ਇਨਸਾਨ ਹੁੰਦਾ ਹੈ ਔਰ ਇਹਨਾਂ ਦੀ ਕੋਸ਼ਿਸ਼ ਹੀ ਹੁੰਦੀ ਹੈ ਨਾਸਰਾ ਦੀ ਕਿ ਜਿਹੜੇ ਇਹ ਦਪੁੱਤਰਨ ਸ਼ਿਕਰਾ ਤੇ ਮਜੂ ਇਹ ਦੋਨੋਂ ਮਿਲ ਕੇ ਅਰਸ਼ਦ ਨੂੰ ਖਤਮ ਕਰ ਦੇਵਣ ਸਲੋਨੀ ਨੇ ਇਸ ਫਿਲਮ ਦੇ ਅੰਦਰ ਸ਼ਾਦੋ ਦਾ ਕਿਰਦਾਰ ਅਦਾ ਕੀਤਾ ਹੈ ਔਰ ਰਾਣੀ ਨੇ ਇਸ ਦੇ ਅੰਦਰ ਰੱਜੂ ਦਾ ਕਿਰਦਾਰ ਅਦਾ ਕੀਤਾ ਹੈ ਰੱਜੂ ਰਾਣੀ ਜਿਹੜੀ ਆਉਂਦੀ ਉਹ ਮਨਕ ਕੁਚਵਾਨ ਦੇ ਨਾਲ ਪਿਆਰ ਕਰਦੀ ਔਰ ਜਿਹੜੀ ਸਲੋਨੀ ਆਉਂਦੀ ਸ਼ਾਦੋ ਉਹ ਅਰਸ਼ਦ ਦੇ ਨਾਲ ਪਿਆਰ ਕਰਦੀ ਔਰ ਉਹਨੂੰ ਇੱਕ ਬਾਦਰ ਔਰ ਬਲੇਰ ਇਨਸਾਨ ਬਣਾ ਦਿੰਦੀ ਔਰ ਇਸ ਵਜ੍ਹਾ ਤੂੰ ਜਿਹੜਾ ਅਰਸ਼ਦ ਹੁੰਦਾ ਉਹਦੇ ਨਾਲ ਪਿਆਰ ਕਰਦਾ ਹੈ ਸ਼ੇਖ ਇਕਬਾਲ ਨੇ ਮਲਾਜ਼ਮ ਦਾ ਕਿਰਦਾਰ ਅਦਾ ਕੀਤਾ ਹੈ ਜਿਹੜਾ ਹਵੇਲੀ ਦੀ ਹਫਾਜ਼ਤ ਕਰਦਾ ਹੈ ਜਿਸ ਦੇ ਵਿੱਚ ਅਰਸ਼ਦ ਰਹਿ ਰਹੇ ਹੁੰਦਾ ਹੈ ਮਜੀਦ ਸ਼ਿਕਰੀ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਕਿਸੇ ਤਰ੍ਹਾਂ ਉਹ ਜਦਾਤ ਤੇ ਕਬਜ਼ਾ ਕਰ ਲੈਣ ਉਹ ਰਾਣੀ ਨੂੰ ਵੀ ਛੇੜ ਦੇਣ ਉਹ ਸ਼ਾਦੂ ਨੂੰ ਵੀ ਛੇੜ ਦੇਣ ਜਿਹੜਾ ਮੱਜੂ ਹੁੰਦਾ ਮਜ਼ਰ ਸ਼ਾ ਉਹ ਸ਼ਾਦੂ ਸਲੋਨੀ ਨੂੰ ਪਸੰਦ ਕਰਦਾ ਹੈ ਔਰ ਜਿਹੜਾ ਸਦ ਬੁਖਾਰੀ ਹੋਣੇ ਔਰ ਰੱਜੂ ਰਾਣੀ ਨੂੰ ਪਸੰਦ ਕਰਦਾ ਹੈ ਔਰ ਕੈਫੀ ਦੇ ਉੱਤੇ ਅਸ਼ਦ ਦੇਤੇ ਕਿੰਨੀਆਂ ਦਫਾ ਅਮਲਾ ਕਰਾਂਦੇ ਨੋ ਕਿੰਨੀਆਂ ਦਫਾ ਅਮਲੇ ਤੂੰ ਬਾਦ ਵੀ ਉਹ ਬਾਜ ਜਾਂਦਾ ਹੈ ਮਜੂ ਹੁੰਦਾ ਹੈ ਉਹ ਵੀ ਸ਼ਾਦੋਂ ਨੂੰ ਪਸੰਦ ਕਰਦਾ ਜਿਸ ਦੀ ਵਜ੍ਹਾ થી ਇਹਨਾਂ ਦੀ ਆਪਸ ਚਪਕਲਸ਼ ਹੁੰਦੀ ਹੈ ਜੇ ਸ਼ਰੀਫ ਵੀ ਆਪਣੀ ਆਈ ਤੇ ਆ ਜਾਏ ਤਾਂ ਬਦਮਾਸ਼ ਨੂੰ ਰਾਹ ਪਾ ਦੇਵੇ ਜੰਗਾ ਫਿਰ ਇਹ ਗੱਲ ਤੇ ਆਪਣਾ ਸੰਭਾਲਾ ਕਰ ਲਈ ਉਹ ਵੇਲਾ ਆਏਗਾ ਤੇ ਵੇਖੀ ਜਾਏਗੀ ਆਖਰੀ ਜਿਹੜਾ ਮਜੂ ਹੁੰਦਾ ਸਭ ਨੂੰ ਇੱਕ ਚਾਲ ਚੱਲਦਾ ਹੈ ਔਰ ਸ਼ਹਿਰ ਤੋਂ ਇੱਕ ਤੋਇਫ ਨੂੰ ਬੁਲਾਉਂਦਾ ਹੈ جیڑی کے کہ چاندی ہے اور پنڈ ارشد دے کل جاندی ہے اور انہوں نے کہن دی ہے کہ وہ اپنا تعارف کرا دیے اور وہ کہہ دیے کہ اسے سہلی نے میں نے تھوڑا دس دا اور اس نے کیا کہ انہوں کو چلے جائیں تو میں کچھ نا توڑے کل گزارنا چاندی ہے وہ اس رات دے اندر اس تھی ایسا جال سٹتی ہے انہوں شراب پلا دینی دی ہے اور شراب دے نشے ڈراما کر دی ہے کہ تو میری عزت لوڑ لیتی ہے ਔਰ ਅਰਸ਼ਦ ਨੂੰ ਇਤਨਾ ਮਜਬੂਰ ਕਰ ਦਈਏ ਕਿ ਉਹ ਮਜਬੂਰ ਹੁੰਦਾ ਕਿ ਮੈਂ ਤੇਰੇ ਨਾਲ ਸ਼ਾਦੀ ਕਰਾਂਗਾ ਉਹ ਇਸ ਚੀਜ਼ ਤੇ ਰਾਜ਼ੀ ਹੋ ਜਾਂਦਾ ਕਿ ਮੈਂ ਤੇਰੇ ਨਾਲ ਸ਼ਹਿਰ ਜਾਵਾਂਗਾ ਔਰ ਸ਼ਹਿਰ ਜਾ ਕੇ ਸ਼ਾਦੀ ਕਰਾਂਗਾ ਉਹ ਸਾਰਿਆਂ ਨੂੰ ਨਾਰਾਜ਼ ਕਰ ਜਾਂਦਾ ਮੰਨਾ ਉਸ ਨੂੰ ਮਨਾ ਕਰਦਾ ਹੈ ਲੇਕਿਨ ਉਹ ਮੰਨੇ ਨੂੰ ਤਫੜ ਮਾਰ ਕੇ ਉਹਨੂੰ ਵੀ ਘਰੋਂ ਕੱਢ ਦਿੰਦਾ ਆਪਣੇ ਨੌਕਰ ਨੂੰ ਵੀ ਘਰੋਂ ਕੱਢ ਦਿੰਦਾ ਔਰ ਸ਼ਾਦੋ ਨੂੰ ਵੀ ਨਾਰਾਜ਼ ਕਰਕੇ ਉਸ ਜਿਹੜੀ ਤਵਾਇਫ ਉਹਦੀ ਉਹਦੇ ਨਾਲ ਸ਼ਹਿਰ ਆ ਜਾਂਦਾ ਹੈ ਸ਼ਹਿਰ ਆ ਕੇ ਜਦੋਂ ਉਹ ਆਪਸ ਹੀ ਗੱਲਾਂ ਕਰ ਰਹੇ ਹੁੰਦੇ ਨੇ ਤੇ ਕੈਫੀ ਅਰਸ਼ੇ ਦੇ ਸਾਰੀਆਂ ਗੱਲਾਂ ਸੁਣ ਲੈਂਦਾ ਔਰ ਉਹਨੂੰ ਇਹ ਪਤਾ ਚਲ ਜਾਂਦਾ ਹੈ ਕਿ ਯਾਰੇ ਮੇਰੇ ਨਾਲ ਧੋਖਾ ਕੀਤਾ ਗਿਆ ਹੈ ਖੈਰ ਵਾਪਸ ਆਂਦੇ ਹੈ ਔਰ ਵਾਪਸ ਸ਼ਾਦੂ ਕੋਲ ਮਾਫੀ ਮੰਗਦਾ ਹੈ ਸ਼ਾਦੂ ਤੇ ਮਾਫ ਕਰ ਦੇ ਲੇਕਿਨ ਮੰਨਣਾ ਜਿਹੜਾ ਆਂਦਾ ਹੈ ਕਹਿੰਦਾ ਕਿ ਮੈਂ ਤੈਨੂੰ ਆਪਣਾ ਭਰਾ ਆਪਣਾ ਵੀਰ ਬਣਾਇਆ ਸੀ ਉਹ ਉਹਨੂੰ ਮਾਫੀ ਕਰਦਾ ਹੈ ਹੈ ਰਿਦੋ ਸ਼ਾਦੂ ਦੀ ਬਜੂ ਮੱਝੂ ਤੇ ਆਪਸ ਵਿੱਚ ਇਹਨਾਂ ਦੀ ਚਪਕੇ ਲੱਸ਼ ਹੁੰਦੀ ਏ ਤੇ ਜਿਹੜਾ ਮੱਝੂ ਆਂਦਾ ਸਾਬਨ ਉਹ ਸ਼ਿਕਰੇ ਨੂੰ ਕਤਲ ਕਰ ਦਿੰਦਾ ਔਰ ਸ਼ਿਕਰੇ ਨੂੰ ਕਤਲ ਕਰਨ ਤੋਂ ਬਾਅਦ ਉਹ ਦੀ ਭੈਣ ਛੰਮਨ ਨੂੰ ਚੁੱਕ ਕੇ ਲੈ ਜਾਂਦਾ ਔਰ ਕੈਸੀ ਤੇ ਮਜੂ ਮਦਰ ਸ਼ਾਦਾ ਟਕਰਾਉ ਹੁੰਦਾ ਇੱਕ ਬੰਦਾ ਆ ਕੇ ਉਹਨੂੰ ਦੱਸਦਾ ਕਿ ਮਜੂ ਤੇਰੇ ਪ੍ਰਾਸ਼ਿਕਰੇ ਨੂੰ ਬਦਰੂ ਨੇ ਕਤਲ ਕਰ ਦਿੱਤਾ ਹੈ ਔਰ ਤੇਰੀ ਭੈਣ ਨੂੰ ਚੁੱਕ ਕੇ ਲੈ ਗਿਆ ਕੈਸੀ ਜਦੂ ਸੁਣਦਾ ਉਹ ਆਂਦਾ ਔਰ ਆ ਕੇ ਆਪਣੀ ਭੈਣ ਦੀ ਇੱਜ਼ਤ ਬਚਾਂਦਾ ਹਾਲਾਂਕਿ ਉਹਨੂੰ ਬਦਰੂ ਕਹਿੰਦਾ ਵੀ ਇਹ ਤੇ ਤੇਰੀ ਮਤਰੀ ਭੈਣ ਹੈ ਜੋ ਕੁਛ ਮਰਦੀ ਹੈ ਇਹ ਮੇਰੀ ਭੈਣ ਹੈ ਕਿਉਂਕਿ ਇਹ ਮੇਰੇ ਮੇਰੇ ਪਿਓ ਦੀ ਧੀ ਤੀ ਹੈ ਇਸਾ ਸ ਇਹ ਮੇਰੀ ਭੈਣ ਹੈ ਔਰ ਆਪਣੀ ਜਾਨ ਤੇ ਖੇਡ ਕੇ ਆਪਣੀ ਜਾਨ ਤੇ ਖੇਡ ਕੇ ਉਹਦੀ ਇੱਜ਼ਤ ਬਚਾਉਂਦਾ ਹੈ ਮਜੂ ਦਾ ਅਸਾਨਮੰਦ ਹੁੰਦਾ ਹੈ ਮਜੂ ਜਿਹੜਾ ਬਦਰੂ ਨੂੰ ਕਤਲ ਕਰ ਦਿੰਦਾ ਹੈ ਔਰ ਪੁਲਿਸ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਉਹ ਜਿਹੜੀ ਨਾਸਰਾ ਹੁੰਦੀ ਹੈ ਜਿਹੜੀ ਸਾਰੀ ਜ਼ਿੰਦਗੀ ਕੈਫੀ ਦੀ ਦੁਸ਼ਮਣ ਹੁੰਦੀ ਹੈ ਉਹ ਜਦੋਂ ਆਪਣੇ ਜਵਾਨ ਪੁੱਤਰ ਦੀ ਲਾਸ਼ ਵੇਖਦੀ ਹੈ ਤੇ ਉਹ ਮਰ ਜਾਂਦੀ ਹੈ ਤੇ ਜਿਹੜਾ ਕੈਫੀ ਹੁੰਦਾ ਹੈ ਉਹ ਮੰਨੇ ਨੂੰ ਰਾਜ਼ੀ ਕਰ ਲੈਂਦਾ ਹੈ ਬੜੀ ਹੀ ਜ਼ਬਰਦਸਤ ਫਿਲਮ ਹੈ ਔਰ ਇਹ ਫਿਲਮ YouTube ਤੇ ਮੌਜੂਦ ਹੈ ਤੁਸੀਂ ਜਾ ਕੇ ਵੇਖ ਸਕਦੇ ਹੋ ਅਗਰ ਤੁਹਾਨੂੰ ਮੇਰੀ ਮਾਲਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ